ए आकाशवाणी जम्मू है बड़ले खबरें तंद स्वागत पहले खास खास खबरें करने में श्रुति खजूरिया उपराजपालू रे आखेच आज नागरिकते जीवन स्तर च सुधार करना प्रशासन दा मुख्य मकसद है उने पंचती थी जम्मू च बहुस्तरीय पार्किंग सुविधा दा उद्घाटन किया उपराज्यपाल आखड़ी विरसत सड़ी मात्र पंछान नहीं सगुआ ए पिछली पीढ़ी की अगली पीढ़ी कोड़ती है सक्रे आज जम्मू कश्मीर आतंकवाद ख़़लाफ़ बिंद भी सहन नहीं करने करी सुरक्षा स्थिति में टकोदा सुधार हो तो ड जितेंद्र सिंह और आज टेक्नोलॉजी पर आधारित शासन लोग बदी तांगों का समाधान कि शमूलियत भी लाजमी है खबरें ਉਪ ਰਾਜਪਾਲ ਮਨੋਜ ਸਿਨਾਵਰੇ ਕੱਲ ਪੰਜ ਤੀਰਥੀ ਜੰਮੂ ਚ ਮਤੇਸ ਤਰਿਆਂ ਵਾਲੀ ਪਾਰਕਿੰਗ ਸਹੂਬਿਦਾ ਦਾ ਉਦਘਾਟਨ ਕੀਤਾ ਇਸ ਮੌਕੇ ਪਰ ਬੋਲਦੇ ਹੋਏ ਉਪ ਰਾਜਪਾਲ ਹੋਰੇ ਆਖਿਆ ਜੇ ਇਸ਼ਾਰੀ ਪਰਿਵਰਤਨ ਆਸਤਾ ਹੈ ਅਮਰਤ ਅਟਲ ਮਿਸ਼ਨ ਤਹਿਤ ਬਣਾਈ ਗਈ ਦੀ ਇਹ ਪ੍ਰਯੋਜਨਾ ਸੜਕਾਂ ਉਪਰ ਟ੍ਰੈਫਿਕ ਦੀ ਸਮੱਸਿਆ ਤੇ ਸ਼ਹਿਰ ਆਸਤਾ ਆਮਦਨ ਦਾ ਸਾਧਨ ਬਣਾਉਣ ਦਾ ਇੱਕ ਆਧੁਨਿਕ ਸਮਾਧਾਨ ਹੈ ਉਨੇ ਆਖਿਆ ਜੇ ਇਹ ਸ਼ਹਿਰੀ ਨਕਾਇਆ ਹਸਤਾ ਆਪਣਾ ਆਰਥਿਕ ਆਧਾਰ ਨਵੇਂ ਸਿਰਿਆ ਤੈਅ ਕਰਨੇ ਤੇ ਰਾਜਸਵ ਕਮਾਉਣੇ ਹਸਤਾ ਸੰਪਤੀ ਦਾ ਪੂਰੀ ਚਾਲੀ ਇਸਤੇਮਾਲ ਕਰਨੇ ਦਾ ਸਮੇਂ ਹੈ। ਉਹਨੇ ਆਖਿਆ ਜੇ ਅਜੇ ਤੋੜੀ ਇੱਕ ਘਟ ਬਰਤੂਨ ਕਿਤੇ ਦੀ ਨੇਕਾਂ ਸੰਪਤੀਆਂ ਥਾ ਮਕਾਮੀ ਲੋਕਾਂ ਦੀ ਸ਼ਾਮਲ ਕਰੀ ਹੈ। ਰੋਜ਼ਗਾਰ ਤੇ ਕਾਰੋਬਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਸ਼ਹਿਰ ਦੀ ਕਾਇਆ ਕਲਪ ਕਰਨਿਆਸਾ ਲੋਕਾਂ ਦੀ ਸ਼ਮੂਲੀਅਤ ਦੀ ਲਾਜ਼ਮੀ ਦੱਸਦੇ ਹੋਈ ਉਪ ਰਾਜਪਾਲ ਹੋਰੇ ਆਖਿਆ ਜੇ ਤੰਦਰੁਸਤ ਸ਼ਹਿਰ ਅਪਣਾਈ ਹੈ। ਕੁਦਰਤ ਦੇ ਸੰਸਾਧਨਾਂ ਦਾ ਸੰਗਰਖਣ ਤੇ ਟੁਆਏ ਜਲ ਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਉਪਰ ਆਜਪਾਲ ਹੋਣੇ ਆਖੇ ਜਨਪਾਗਿਦਾਰੀ ਦੀ ਸ਼ਕਤੀ ਕਰਨ ਨਾਲ ਸਾਡੇ ਸਮਾਜਿਕ ਤੇ ਆਰਥਿਕ ਵਿਕਾਸ ਦਾ ਪਵਿੱਖ ਤੈ ਹੋਗ ਉਪ ਰਾਜਪਾਲ ਮਨੋਰ सिन्हाਵਰੇ ਕਲ ਮੁਬਾਰਖ ਮੰਡੀ ਜੰਮੂ ਹੈਰੀਟੇਜ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ। ਇਹਦੇ ਚ ਮੁਬਾਰਖ ਮੰਡੀ ਪਰਸਰ ਦੀ ਬਾਲੀ ਦੇ ਵੱਖ-ਵੱਖ ਮੁੱਦਿਆਂ ਪਰ ਚਰਚਾ ਕੀਤੀ ਗਈ। ਉਪ ਰਾਜਪਾਲ ਹੋਰੇ ਅਧਿਕਾਰੀਆਂ ਗੇ ਇਹ ਕੰਮਾਂ ਗੇ ਮਿੱਥੇ ਦੇ ਸਾਹਮਣੇ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਹਨੇ ਆਖਿਆ ਜੇ ਸਾਡੀ ਵਿਰਾਸਤ ਨਾ ਛੜੀ ਸਾਡੀ ਪਛਾਣ ਹੈ। ਸਗੋਂ ਇਹ ਪਿਛਲੀ ਪੀੜੀ ਕੀ ਅਗਲੀ ਪੀੜੀ ਕੰਨਾਂ ਜੋੜਦੀ ਹੈ। ਉਹਨੇ ਆਖਿਆ ਜੇ ਮੁਬਾਰਖ ਮੰਡੀ ਸਾਡੀ ਵਿਰਾਸਤ ਰੀਤੀ ਰਿਵਾਜ ਤੇ ਵੇਸ਼ਕੀਮਤੀ ਸਮਾਜਿਕ ਕਦਰਾਂ ਦੀ ਪ੍ਰਤੀਕ ਹੈ ਤੇ ਇਹਦੇ ਸੰਰਖਣ ਚ ਇਤਿਹਾਸਿਕ ਤੇ ਕਲਾ ਸਰਵੰਧੀ ਮੁੱਲੰਗੇ ਦਰਸਾਇਆ ਜਾਣਾ ਲੋੜ ਚਦਾ ਹੈ। ਉਹਨੇ ਅਧਿਕਾਰੀਆਂਗੇ ਮਵਾਰਖ ਮੰਡੀ ਇਲਾਕੇ ਦੇ ਸਰਕੂਲਰ ਰੋਡ ਅਲੀ ਬਖੀ ਪਹਾੜੀਗੇ ਮਜ਼ਬੂਤ ਕਰਨ ਆਸਤੇ ਮਾਹਰੇ ਕਰਨਾ ਤੇ ਤਾਲਮਲ ਬਨਾਈਆ ਕੰਮ ਕਰਨ ਦੀ ਸਲਾਹ ਦਿੱਤੀ। ਮੀਟਿੰਗ ਚ 2 ਮਹੀਨੇ ਦੇ ਅੰਦਰ ਅੰਦਰ ਪ੍ਰੋਜੈਕਟ ਪ੍ਰਬੰਧਨ ਯੂਨਿਟ ਕਾਇਮ ਕਰਨੇ ਦਾ ਵੀ ਫੈਸਲਾ ਕੀਤਾ ਗਿਆ ਹੈ। ਡਾਕਟਰ ਉੱਤਮ ਚੰਦ ਸ਼ਾਸਤਰੀ ਸ਼ਤਾਬਦੀ ਸਮਾਰੋਹ ਸਮਿਤੀ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਕੱਲ ਰਾਜਪਾਵਨ ਜੰਮੂ ਚ ਉਪ ਰਾਜਪਾਲ ਮਨੋਜ ਸਿਨਹਾਉਂ ਦੇ ਨਾਮਲਾਟੀ ਕੀਤੀ ਤੇ ਜੰਮੂ ਕਸ਼ਮੀਰ ਚ ਸੰਸਕ੍ਰਿਤ ਭਾਸ਼ਾ ਦੇ ਵਿਸਤਾਰ ਬਾਧੇ ਤੇ ਸੰਗਰਖਣ ਤੇ ਸੰਸਕ੍ਰਿਤ ਦੇ ਵਿਦਿਆਰਥੀਆਂ ਦੇ ਵਿਦਵਾਨਾਂ ਦੀ ਭਲਾਈ ਬਿਹਤਰੀ ਕਰਨ ਨਾਲ ਜੁੜੇ ਦੇ ਬਖ ਬਖ ਮੁੱਦਿਆਂ 'ਤੇ ਚਰਚਾ ਕੀਤੀ ਇਨਾਂ ਗਾ ਜਨਰਲ ਜ਼ੋਰਾਬਰ ਸਿੰਘ ਮੈਮੋਰੀਅਲ ਟਰਸਟ ਦੇ ਇੱਕ ਡੈਲੀਗੇਸ਼ਨਾਂ ਵੀ ਉਪਰ ਰਾਜਪਾਲ ਹੁੰਦੇ ਕਨ ਮਲਾਟੀ ਕੀਤੀ ਤੇ ਸਮਾਜ ਦੇ ਕਮਜ਼ੋਰ ਵਰਗ ਦੇ ਬੱਚਿਆਂ ਦੀ ਸਿੱਖਿਆ ਬਾਰੇ ਟਰੱਸਟ ਪਾਸਿਆ ਕੀਤਾ ਜਾ ਕਰਦੇ ਕੰਮਾਂ ਦੀ ਜਾਣਕਾਰੀ ਦਿੱਤੀ 16 ਕੋਰ ਦੇ ਜੀਓਸੀ ਲੈਫਟੇਨੈਂਟ ਜਨਰਲ ਮਨਜਿੰਦਰ ਸਿੰਘ ਹੋਰੇ ਵੀ ਕੱਲ ਉਪ ਰਾਜਪਾਲ ਹੁੰਦੇ ਕਨਾਂ ਮਲਾਟੀ ਕੀਤੀ ਤੇ ਪਰਦੇਸ਼ ਚ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਗੱਲਬਾਤ ਕੀਤੀ ਪੰਚਥਪਨ ਸਾਭਾ ਦਾ ਐਮਐਲਸੀ ਪ੍ਰਦੀਪ ਸ਼ਰਮਾ ਹੋਰੇ ਵੀ ਉਪ ਰਾਜਪਾਲ ਹੁੰਦੇ ਕਨਾਂ ਮਲਾਟੀ ਕਰੀਏ ਨੇਕਾਂ ਵਿਕਾਸ ਮਸਲੇ ਬਾਰੇ ਗੱਲਬਾਤ ਕੀਤੀ ਮਾਈ ਟਾਊਨ ਮਾਈ ਪ੍ਰਾਈਡ ਤਹਿਤ ਬਖਬਖ ਸੁਵਿਧਾਆਂ ਦੀ ਲੋਕਾਂ ਦੇ ਘਰੇ ਤੋਂੜੀ ਪੁਜਾਣੇ ਦੀ ਪਹਿਲ ਕਦਮੀ ਦਾ ਜਾਇਜ਼ਾ ਲੈਣੇ ਆਸਤਾ ਹੈ ਸ਼ਰਮ ਤੇ ਰੋਜ਼ਗਾਰ ਦੀਆਂ ਕਮਿਸ਼ਨਰ ਸੈਕਟਰੀ ਸਰਿਤਾ ਚਾਹਾਨੌਰੇ ਕੱਲ ਸੰਬਾ ਜ਼ਿਲ੍ਹੇ ਦਾ ਦੌਰਾ ਲਾਇਆ ਤੇ ਮੁਕਾਮੀ ਨਿਕਾਇੰਦੇ ਪਾਰਸ਼ਦਾਂ ਤੇ ਲੋਕਾਂ ਕੰਨ ਗੱਲਬਾਤ ਕੀਤੀ ਸੰਬਾ ਮਿਊਨਿਸਪਲ ਕਾਉਂਸਲ ਦੇ ਅਧਿਐਕਸ਼ ਪਵਨ ਕੋਲੀ ਤੇ ਉਪਾਧਿਐਕਸ਼ ਰਜਨੀ ਸੰਭਿਆਲੋਰ ਵੀ ਇਸ ਮੌਕੇ ਪਰ ਉਥੇ ਮੌਜੂਦ ਹੈ ਬਖ ਬਖ ਵਰਗਿਆਂ ਦੇ ਲੋਕਾਂ ਕੰਨ ਗੱਲ ਕਰਦੇ ਹੋਏ ਸਰਿਤਾ ਚਾਹਾਨੌਰੇ ਦੱਸਿਆ ਜੇ ਸ਼ਹਿਰਾਂ ਨਗਰਾਂ ਕੀ ਆਧੁਨਿਕ ਬਣਾਉਣੇ ਤੇ ਨਜਾਇਜ਼ ਕਬਜ਼ੇ ਤੋਂ ਮੁਕਤ ਕਰਨੇ ਆਸਤੇ ਲੋਕਾਂ ਦੀ ਸ਼ਮੂਲੀਅਤ ਬੜੀ ਲਾਜ਼ਮੀ ਹੈ ਤੇ ਸ਼ਹਿਰੀ ਇਲਾਕੇ ਇਸ ਮੁੱਲ ਤੇ ਵਿਕਾਸ ਦੇ ਯਕੀਨੀ ਬਣਾਉਣੇ ਆਸਤੇ ਪ੍ਰਸ਼ਾਸਨ ਖੇਰਲੇ ਵਿਅਕਤੀ ਤੋਂ ਰੀ ਪੂਜਾ ਕਰਦਾ ਹੈ ਸਾਇੰਸ ਤੇ ਟੈਕਨੋਲੋਜੀ ਦੇ ਕਮਿਸ਼ਨਰ ਸਕੱਤਰ ਸੌਰਵ ਭਗਤ ਹੋਰੇ ਕੱਲ ਸਾਇੰਸ ਟੈਕਨੋਲੋਜੀ ਵਿਭਾਗ ਮਹਿਕਮੇ ਤਸ਼ਰੀ ਮਾਤਾ ਵੈਸ਼ਨ ਦੇਵੇ ਯੂਨੀਵਰਸਿਟੀ ਪਾਸ ਹੈ ਕਿਤੇ ਜਾਣ ਵਾਲੇ ਆਪਸੀ ਇਤੇ ਨੇ ਕੰਮੇ ਕਾਰਵਾਈਆਂ ਦੀ ਸੰਭਾਵਨਾ ਹੁੰਦਾ ਪਤਾ ਲਾਇਆ ਇਸ ਮੀਟਿੰਗ ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਆਰ ਕੇ ਸਿਨਾ ਔਰ 임ਪ੍ਰੋਸਾ ਦਵਾਯਾ ਜੇ ਪਰਦੇਸ਼ ਕੀ ਸਾਇੰਸ ਤੇ ਟੈਕਨੋਲੋਜੀ ਦੇ ਮਾਮਲੇ ਚ ਮਜ਼ਬੂਤੀ ਪ੍ਰਦਾਨ ਕਰਨੇ ਚ ਯੂਨੀਵਰਸਿਟੀ ਮਹਿਕਮੇ ਦਾ ਪੂਰਾ ਪੂਰਾ ਸਹਿਯੋਗ ਕਰੇਗਾ ਕਮਿਸ਼ਨਰ ਸੈਕਟਰੀ ਹੋਰੇ ਇਸ ਮੌਕੇ ਅਨੁਸੰਧਾਨ ਦੇ ਕੰਮਾਂ 'ਚ ਲੱਗੇ ਦੇ ਯੂਨੀਵਰਸਿਟੀ ਦੇ ਮੈਂਬਰਾਂ ਕੰਨ ਗੱਲਬਾਤ ਵੀ ਕੀਤੀ ਜਲ ਸ਼ਕਤੀ ਮਹਿਕਮੇ ਪਾਸੇ ਜੰਮੂ ਪ੍ਰਾਂਤ ਦੇ ਸਭਨੇ ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ਆਸਤੇ ਸਿੰਗਲ ਵਿੰਡੋ ਪ੍ਰਣਾਲੀ ਪੋਰਟਲ ਸ਼ੁਰੂ ਕੀਤੀ ਗਈ ਹੈ ਇਦਰਾਏ ਲੋਕਰ ਨਲਕੇ ਦੇ ਕਨੈਕਸ਼ਨ ਤੇ ਜ਼ਮੀਨੀ ਪਾਣੀ ਆਸਤੇ ਐਨਓਸੀ ਤਾਈਂ ਅਰਜ਼ੀ ਦੇਣ ਕਰੀ ਸਕਦੇ ਹਨ ਇਹਨਾਂ ਸੇਵਾਵਾਂ ਆਸਤੇ ਸਬੈਰ ਦਰਖਾਸਤਾਂ ਆਨਲਾਈਨ ਤਰੀਕੇ ਰਾਹੀਂ ਵੈਬਸਾਈਟ https://singlewindow.jk.gov.in ਉੱਪਰ ਦਿੱਤੀਆਂ ਜਾ ਸਕਦੀਆਂ ਹਨ ਇਹ ਖਬਰਾਂ ਤੋਂ ਸਾਕਾਸ਼ ਪਾਣੀ ਜੰਮੂ ਤੋਂ ਮਾ ਸੁਣਾ ਕਰਦੇ ਹੋ ਬਾਕੀ ਦੀਆਂ ਖਬਰਾਂ ਕਰਨਾ ਸ਼ਰਤੀ ਖਿਉਰੀਆ सक आये जे उन्हें आतंकवाद खिलाफ बिन्द भी सहन नहीं करने की नीति तैयार की ते जम्मू कश्मीर च सुरक्षा स्थिति च खरा म सुधार हो र्यसभा लिखित जवाब च केन्द्रीय गृह राज्य मंत्री नित्यानंद राय और दस हजार अठारह च आतंकवाद हमले दी जड़ी ग्री चार सौ सतारा हु सौ इक्की चट दो सौ नती रही गई एक होर स जवाब च मंत्री हो इस बरे नवंबर महीने तोड़ी जम्मू कश्मीर च कुल एक सौ त्रेई आतंकवादी हमले होए च 31 ਸੁਰੱਖਿਆ ਕਰਮੀ ਸ਼ਹੀਦ ਹੋਏ ਤੇ 31 ਨਾਗਰਿਕਾਂ ਆਪਣੀ ਜਾਨ ਮੁਆਈ ਹੈ ਉਹਨੇ ਦੱਸਿਆ ਅੱਜ ਪਿਛਲੇ 11 ਮਹੀਨੇ ਦੌਰਾਨ ਸੁਰੱਖਿਆ ਬਲਾਂ ਕਰਨੇ ਬਕ ਬਕ ਟਾਕਰੇ ਚ 180 ਆਤੰਕਵਾਦੀ ਮਾਰੇ ਗਏ ਨੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਕਾ ਲਾਖਿਆ ਜੇ ਟੈਕਨੋਲੋਜੀ ਪਰ ਆਧਾਰਿਤ ਸ਼ਾਸਨ ਕਰਨੇ ਲੋਕਾਂ ਦੀ ਤਾਂਗੇ ਦਾ ਸਮਾਧਾਨ ਕੀਤਾ ਜਾ ਸਕਦਾ ਹੈ ਤੇ ਇਹਦੇ ਆਸਤੇ ਲੋਕਾਂ ਦੀ ਸ਼ਮੂਲੀਅਤ बड़ी लाज़मी है। कल नमी दिल्ली चो रोजा राष्ट्रीय कन्वेंशन के समापन समारोह को संबोधित करते हुए डॉ जितेंद्र सिंह जो प्रधानमंत्री नरेंद्र मोदी एक नमे रौ के कम करने की संस्कृति पर आधारित शासन का टिकाऊ नमूना पेश है उ दो हजार चौदह च प्रधानमंत्री हसया सत्ता संभालने मगरा ਪਾਰਦਰਸ਼ਤਾ ਜਵਾਬਦੇਹੀ ਤੇ ਲੋਕਾਂ ਦੀ ਸ਼ਮੂਲੀਅਤ ਸ਼ਾਸਨ ਦੇ ਮੁੱਖ ਪਹਿਲੂ ਰਹਿਣ। ਉਹਨੇ ਆਖਿਆ ਕਿ ਸ਼ਹਿਰਾਂ ਤੇ ਗ੍ਰਾਂਡ ਦੇ ਫਰਕੋਫਟ ਕੀ ਕਟਾ ਕਰਦੀ ਹੈ ਤੇ ਸੰਚਾਰ, ਟ੍ਰਾਂਸਪੋਰਟ ਔਰ ਦੂਏ ਖੇਤਰਾਂ 'ਚ ਨਵੀਂ ਟੈਕਨੋਲੋਜੀ ਦੀ ਵਰਤੋਂ ਚ ਦਿਨੋ-ਦਿਨ ਵਾਧਾ ਵੜਦਾ ਹੈ। ਅੰਤਰਿਕਸ਼ ਸੈਕਟਰ ਤੇ ਇਸਰੋ ਕੀ ਨਿਜੀ ਸ਼ਮੂਲੀਅਤ ਆਸਤੇ ਖੋਲਣ ਦੇ ਤਰਾਮ ਭਰੇ ਦੌਰਾਨ ਪਾਰਚ ਅੰਤਰਿਕਸ਼ ਸਟਾਰਟਅਪ ਦੀ ਗਿਣਤੀ ਲਗਾਤਾਰ ਵਧਾਰਦੀ ਹੈ ਲੋਕ ਸਭਾ ਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਦੱਸਿਆ ਜੇ ਨਿਊ ਸਪੇਸ ਇੰਡੀਆ ਲਿਮਟਿਡ ਦੀ ਅੰਤਰਿਕਸ਼ ਸਰਬੰਦੀ ਕਾਰੋਬਾਰੀ ਗਤੀਵਿਧੀਆਂ ਦਾ ਇਖਤਿਆਰ ਦਿੱਤਾ ਗਿਆ ਹੈ ਉਹਨੇ ਦੱਸਿਆ ਜੇ ਭਾਰਤ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ ਐਸ 18 ਨਵੰਬਰ ਦੀ ਪ੍ਰਕਸ਼ਿਪਿਤ ਕੀਤਾ ਗਿਆ ਹੈ ਜਿਹਦਾ ਨਿਰਮਾਣ ਸਕਾਈ ਰੂਟ ਐਰੋਸਪੇਸ ਕੰਪਨੀਆਂ ਸਿਆ ਕੀਤਾ ਗਿਆ ਦਹਾ ग्रामीण विकास पंचायती राज मैकमें दिया कमीशनर मंदीप कौर और कौं कल जिले दी पल्ली पंचायत आकामी जलवायु कार्य योजना का जायजा लेता चेता होगा राष्ट्रीय पंचायती राज दवस भी सूबाई मौके पर पल्ली की प्रधानमंत्री ने पहली कार्बन मुक्त पंचायत घोषित किया ग्रामीण विकास मैकमे पसया इथे 500 किलोवाट किलो का सौर ऊर्जा संयंत्र लाया गया कमिश्नर इस परियोजना की पूरे जम्मू कश्मीर में लागू करने की कार्रवाई का जायजा आख्या जो पल्ली की पंचायत न जम्मू सगुआ मुल्ख भर दिए पंचायतें लिए आदर्श दे तौर पर कम करा दिया शिक्षा दे प्रिंसिपल सचिव आलोक कुमार हो कल जमू कश्मीर भविख मार्गदर्शन पोर्टल मंजिलें दो दा उद्घाटन किया इस पोर्टल की यूनिसेफ इंडिया दे सहयोग ने तैयार किता ताजे सरकारी स्कूलें च नौमी थवा बारहवीं जमत के विद्यार्थियों का भविक बारे मार्गदर्शन जाई कि विद्यार्थी जम्मू च आधारशिला आईडी कश्मीर च एलएमएसआईडी रें इस पोर्टल कने काबता करीद इस पोर्टल च सोलें मुल्खें च प्ज सौ पचुंजा थम मविक इक्की हजार कॉलेज दो लक्ष बाठ हजार प्रोग्रामों की जानकारी उपलब्ध है इस मौके पर बोलते आलोक कुमार और विद्यार्थियों के फायदे पोर्टल तैयार करने यूनिसेफ इंडिया का आभार भी व्यक्त किया जम्मू दूरदर्शन के क्षेत्रीय समाचार एकांश डोगरी के कैजुअल समाचार वाचक न्यूज एंकर कॉपी एडिटर वेबसाइट असिस्टेंट एडिटोरियल असिस्टेंट कैजुअल पैनल ਜਮੂ ਸੰਭਾਗ ਦੇ ਇੱਛੁਕ ਮੇਦਵਾਰਾਂ தம் ਆਰਖਾਸਤਾਂ ਮੰਗੀਆਂ ਗਈਆਂ ਨਿਊਜ਼ ਐਂਕਰ ਲਈ ਤਾਲੀਮੀ ਕਾਬਿਲਤ ਕੋ ਸਬੀ ਮਾਨਤਾ ਸਦ ਯੂਨੀਵਰਸਿਟੀ தம் ਡਿਗਰੀ ਮੇਦਵਾਰ ਕੀ ਡੋਗਰੀ ਪਾਸ਼ਾ ਬੋਲਨੇ ਲਿਖਨੇ ਤੇ ਪੜਨੇ ਚ ਮਹਾਰਤ ਦੇਖਣੋ ਕੰਨੀ ਪ੍ਰਸਾਰਣ ਜੋ ਹਰੀਆਵਾਸ ਤੇ ਕੈਮਰੇ ਸਾਹਮਣੇ ਬੋਲਨੇ ਦਾ ਸਲਿਕਾਉ ਨਾ ਚਾਹੀਦਾ ਓਨੇ ਸ਼੍ਰੇਣੀ ਲਈ ਜਰਨਲਿਜ਼ਮ ਯਾਨੀ ਕਿ ਪੱਤਰਕਾਰਤਾ ਚ ਡਿਗਰੀ ਯਾ ਡਿਪਲੋਮਾ ਨਾ ਲਾਜ਼ਮੀ ਹੈ ਇਹਦੇ ਲਈ ਦਰਖਾਸਤਾਂ 13 ਦਸੰਬਰ 2022 ਤੱਕ ਲੋਕਟ ਦੇ ਦਸਤਾਵੇਜ਼ ਦੇ ਸਨ ਇਸ ਪਤੇ ਪਰ ਦਸਤੀ ਜਮਾ ਕਰਵਾਈਆਂ ਜਾ ਸਕਦੀਆਂ पता है द हेड ऑफ न्यूज रीजनल न्यूज यूनिट दूरदर्शन केंद्र टालीमोड़ जम्मू इस बारे पूरी जानकारी प्रसार भारती वैबसाइट प्रसार भारती डॉट जीओवी डॉट इन पर हासिल की सकती है ਅਕੀਰਚ ਮੁੱਖ ਮੁਖ ਸਮਝਾਰੀ ਕੋ ਰਪਤੀ ਹੈ ਉਪ ਰਾਜਪਾਲੋ ਨੇ ਆਖਿਆ ਜੇ ਆਰ ਨਾਗਰਿਕ ਦੇ ਜੀਵਨ ਸਤਰ ਚ ਸੁਧਾਰ ਕਰਨਾ ਪ੍ਰਸ਼ਾਸਨ ਦਾ ਮੁੱਖ ਮਕਸਦ ਹੈ ਉਹਨੇ ਪੰਜ ਤੀਰਥੀ ਜੰਮੂ ਚ ਬਹੁ ਸਤਰੀ ਪਾਰਕਿੰਗ ਸੁਵਿਧਾ ਦਾ ਉਦਘਾਟਨ ਕੀਤਾ ਉਪ ਰਾਜਪਾਲੋ ਨੇ ਆਖਿਆ ਜੇ ਸਾਡੀ ਵਿਰਾਸਤ ਸਾਡੀ ਮਾਤਰ ਪਛਾਣ ਨਹੀਂ ਹੈ ਸਗੋਂ ਇਹ ਪਿਛਲੀ ਪੀੜੀ ਦੀ ਅਗਲੀ ਪੀੜ੍ਹੀ ਕਨਾਂ ਜੋੜਦੀ ਹੈ ਸਰਕਾਰ ਨੇ ਆਖਿਆ ਜੇ ਜੰਮੂ ਕਸ਼ਮੀਰ ਚ ਆਤੰਗਵਾਦ ਖਿਲਾਫ ਬਿੰਦਵੀ ਸੈਨ ਨਹੀਂ ਕਰਨ ਦੀ ਨੀਤੀ ਕਰੀ ਸੁਰੱਖਿਆ ਸਥਿਤੀ 'ਚ ਟਕੋਦਾ ਸੁਧਾਰ ਹੋਇਆ ਹੈ ਤੇ ਡਾਕਟਰ ਜਤਿੰਦਰ ਸਿੰਘ ਹੋਰੇ ਆਖਿਆ ਜੇ ਟੈਕਨੋਲੋਜੀ 'ਤੇ ਪਰ ਆਧਾਰਿਤ ਸ਼ਾਸਨ ਕਰਨਾ ਹੈ ਲੋਕਾਂ ਦੀ ਬਦਤੀ ਤੰਗੇ ਦਾ ਸਮਾਧਾਨ ਕੀਤਾ ਜਾ ਸਕਦਾ ਹੈ ਜਿਹਦੇ ਤਾਈਂ ਲੋਕਾਂ ਦੇ ਸ਼ਮੂਲਿਤ ਵੀ ਲਾਜ਼ਮੀ ਹੈ ਇਹਦੇ ਕੰਨਾਂ ਗਏ ਖਬਰਾਂ ਦਾ ਇਹ ਬੁਲਟਨ ਸਮਾਪਤ ਹੋਆ